ਹਾਂਜੀ ਵੈਲਕਮ ਹੈ ਸਾਰਿਆਂ ਦਾ ਵੀਡੀਓ ਦੇ ਵਿੱਚ ਸੋ ਸਾਰਿਆਂ ਨੂੰ ਦੇਖੋ ਪੋਸ਼ਨ ਟਰੈਕਰ ਦੇ ਉੱਪਰ ਹਨਾ ਜਦੋਂ ਤੁਸੀਂ ਪੋਸ਼ਨ ਟਰੈਕਰ ਦੇ ਉੱਪਰ ਆਂਗਣਵਾੜੀ ਸੈਂਟਰ ਦੀ ਫੋਟੋ ਕੈਪਚਰ ਕਰਦੇ ਹੋ ਤਾਂ ਤੁਹਾਨੂੰ ਉਹਦੇ ਵਿੱਚ ਪ੍ਰੋਬਲਮ ਆ ਰਹੀ ਹੈ ਦੇਖੋ ਤੁਸੀਂ ਉਹ ਪ੍ਰੋਬਲਮ ਨੂੰ ਕਿਵੇਂ ਸੋਲਵ ਕਰਨਾ ਹੈ ਮੈਂ ਤੁਹਾਨੂੰ ਉਹਦੇ ਬਾਰੇ ਦੱਸ ਰਹੀ ਹਾਂ ਸੋ ਧਿਆਨ ਨਾਲ ਸੁਣੋ ਦੇਖੋ ਆਪਾਂ ਡੇਲੀ ਟਰੈਕਿੰਗ ਦੇ ਵਿੱਚ ਗਏ ਅਸੀਂ ਇੱਥੇ ਲੈ ਲਿਆ ਆਂਗਣਵਾੜੀ ਸੈਂਟਰ ਫੋਟੋ ਠੀਕ ਹੈ ਜੀ ਹਲੇ ਪ੍ਰੋਸੈਸਿੰਗ ਹੋ ਰਹੀ ਹੈ ਵੇਟ 2 ਮਿੰਟ ਦੇਖੋ ਇੱਥੇ ਅੰਗਨਵਾੜੀ ਸੈਂਟਰ ਦੀ ਫੋਟੋ ਤੇ ਕਲਿੱਕ ਕੀਤਾ ਕਲਿੱਕ ਦਾ ਕੈਮਰਾ ਆਈਕਨ ਇੱਥੇ ਕੈਮਰੇ ਨੂੰ ਐਵੇਂ ਕਲਿੱਕ ਕੀਤਾ ਠੀਕ ਹੈ ਕਲਿੱਕ ਕਰਕੇ ਤੁਸੀਂ ਫੋਟੋ ਲੈ ਲਈ ਠੀਕ ਹੈ ਫੋਟੋ ਲੈ ਕੇ ਤੁਸੀਂ ਓਕੇ ਕਰਤਾ ਜਿਹੜੀ ਫੋਟੋ ਹੈ ਉਹ ਜੋ ਤੁਸੀਂ ਨੂੰ ਸਬਮਿਟ ਕਰ ਕਰ ਸਕਦੇ ਹੋ ਠੀਕ ਹੈ ਫੋਟੋ ਹੈ ਜਿਹੜੀ ਉਹ ਸਬਮਿਟ ਹੋ ਗਈ ਤੁਹਾਨੂੰ ਆ ਗਿਆ ਐਲੋ ਪੋਜੀਸ਼ਨ ਟਰੈਕਰ ਟੂ ਅਸੈਸ this device location ਤੁਸੀਂ ਇੱਥੇ ਕਰੋਗੇ ਵਾਈਲ ਯੂজিং ਦਾ ਐਪ ਠੀਕ ਹੈ ਜੀਪੀਐਸ ਰਿਕੁਆਇਰਡ ਪਲੀਜ਼ ਇਨੇਬਲ ਲੋਕੇਸ਼ਨ ਸਰਵਿਸ ਟੂ ਅਪਲੋਡ ਇਮੇਜ ਇਹਦੇ ਲਈ ਤੁਹਾਨੂੰ ਕੀ ਕਰਨਾ ਪਊਗਾ ਦੇਖੋ ਧਿਆਨ ਨਾਲ ਸੁਣੋ ਦੇਖੋ ਇਹਦੇ ਲਈ ਤੁਸੀਂ ਕੀ ਕਰੋਗੇ ਪਲੇ ਸਟੋਰ ਦੇ ਵਿੱਚ ਜਾਓਗੇ ਪਲੇ ਸਟੋਰ ਦੇ ਵਿੱਚ ਜਾ ਕੇ ਉੱਥੇ ਤੁਸੀਂ ਫਿਲ ਕਰੋਗੇ ਅਪਡੇਟ ਗੂਗਲ ਅਪਡੇਟ ਗੂਗਲ ਮੈਪ ਠੀਕ ਹੈ ਜੀ ਦੇਖੋ ਇਹ ਮੇਰੇ ਜਿਹੜਾ ਹੈਗਾ Google Map ਇੰਸਟਾਲਡ ਹੈ ਇਹ ਅਪਡੇਟ ਕਰਨ ਦੀ ਲੋੜ ਹੈ ਦੇਖੋ Google Map ਇਹਨੂੰ ਮੈਂ ਅਪਡੇਟ ਕਰ ਰਹੀ ਹਾਂ ਤੁਹਾਡੇ ਫੋਨਾਂ 'ਚ ਵੀ ਹੋਣਾ ਜੇ ਨਹੀਂ ਹੋਣਾ ਤਾਂ ਉਹਨੂੰ ਤੁਸੀਂ ਇੰਸਟਾਲ ਕਰ ਸਕਦੇ ਹੋ ਠੀਕ ਹੈ ਜੀ ਆ ਦੇਖੋ ਇਹ ਇੰਸਟਾਲ ਹੋ ਰਿਹਾ ਠੀਕ ਹੈ ਨਾ ਅਪਡੇਟ ਹੋ ਰਿਹਾ ਮੇਰੇ ਇੰਸਟਾਲ ਸੀ ਆਲਰੇਡੀ ਓਕੇ ਜੀ Google Map ਠੀਕ ਹੈ ਜੀ Play Store ਦੇ ਵਿੱਚ ਜਾ ਕੇ ਤੁਸੀਂ Google Map ਅਪਡੇਟ ਕਰੋ ਜਿਨ੍ਹਾਂ ਦੇ ਆਲਰੇਡੀ ਹੈਗਾ ਨਹੀਂ ਹੈਗਾ ਉਹ Google Map ਡਾਊਨਲੋਡ ਕਰ ਲਓ ਠੀਕ ਹੈ ਜੀ ਦੇਖੋ ਮੇਰੀ ਹੋ ਰਹੀ ਹੈ ਅਪਡੇਸ਼ਨ ਠੀਕ ਹੈ ਜੀ ਹੁਣ ਅਸੀਂ ਇਹਨੂੰ ਓਪਨ ਤੇ ਕਲਿੱਕ ਕੀਤਾ ਠੀਕ ਹੈ ਜੀ ਓਪਨ ਤੇ ਕਲਿੱਕ ਕਰਕੇ ਦੇਖੋ ਇਹਨੂੰ ਆਈ ਛੱਡ ਦੇਣਾ ਆਪਾਂ ਨੇ ਠੀਕ ਹੈ ਜੀ ਹੁਣ ਅਸੀਂ ਦੁਬਾਰਾ ਪਲੇ ਸਟੋਰ ਅਸੀਂ ਹੋ ਚੁੱਕੇ ਪੋਸ਼ਨ ਵਾਲੇ ਐਪ 'ਚ ਠੀਕ ਹੈ ਹੁਣ ਜਦੋਂ ਤੁਸੀਂ ਇਹਨੂੰ ਸਬਮਿਟ ਕਰੋਗੇ ਹੁਣ ਦੁਬਾਰਾ ਮੈਂ ਤੁਹਾਨੂੰ ਦੱਸ ਰਹੀ ਹਾਂ ਦੇਖੋ ਅਸੀਂ ਕੈਮਰੇ ਤੇ ਕਲਿੱਕ ਕੀਤਾ ਕਲਿੱਕ ਕਰਕੇ ਅਸੀਂ ਫੋਟੋ ਲੈ ਲਈ ਠੀਕ ਹੈ ਓਕੇ ਕੀਤਾ ओके okay, तो बाद जब तो ਤੁਸੀਂ ਸਬਮਿਟ ਕਰੋਗੇ ਤਾਂ ਦੇਖੋ ਮੇਰਾ ਕੀ ਹੋ ਗਿਆ ਮੇਰੀ ਇਹ ਫੋਟੋ ਅਪਲੋਡ ਹੋ ਗਈ ਕਿਉਂ ਅਪਲੋਡ ਹੋ ਗਈ ਕਿਉਂਕਿ ਜਿਹੜਾ ਹੈਗਾ ਮੈਨੇ Google Map ਹੈ ਜਿਹੜਾ ਉਹ ਆਪਣਾ ਅਪਡੇਟ ਕਰ ਲਿਆ ਸੀ ਤੁਸੀਂ ਇਹਦੇ ਵਿੱਚ ਕਿਹੜੇ-ਕਿਹੜੇ ਐਕਟੀਵਿਟੀਜ਼ ਜਿਵੇਂ HCM ਬੱਚਿਆਂ ਨੂੰ ਵੰਡ ਰਹੇ ਹੋ ਜਾਂ ਆਂਗਣਵਾੜੀ ਸੈਂਟਰ ਦੇ ਵਿੱਚ ਮਾਰਨਿੰਗ 스ਨੈਕਸ ਦੇ ਰਹੇ ਹੋ ਪ੍ਰੀ ਸਕੂਲ এডੂਕੇਸ਼ਨ ਦੇ ਰਹੇ ਹੋ ਕੁਝ ਵੀ ਦੇ ਰਹੇ ਹੋ ਤਾਂ ਉਸ ਟਾਈਮ ਜਿਹੜਾ ਹੈਗਾ ਤੁਸੀਂ ਫੋਟੋ ਕੈਪਚਰ ਕਰਨੀ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ ਸੋ ਫੋਟੋ ਜ਼ਰੂਰ ਕੈਪਚਰ ਕਰਿਆ ਕਰੋ ਥੈਂਕ ਯੂ